ਤਰਨ ਗਗਨ ਨਵ ਖੰਡ ਮੈਂ ਜੋਤ ਸਵ ਰੂਪੀ ਰਹੇ ਓ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ ਸੁਕਹੁ ਡਲ ਗੁਰ ਸੇਵੀਐ ਐਨਸੈ ਸੁਪਾਏ ਦਰਸ਼ਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਹੇ ਪ੍ਰਾਣ ਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਨ ਯੋਗ ਦਿਆਲ ਹੈ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਨ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ ਸਰੀਰ ਸਵਸਥ ਖੀਨ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਨਤਮਸਤਕ ਹੋ ਰਹੇ ਸਤਸੰਗੀ ਜਨੋ ਕਲਗੀਧਰ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀ ਗੁਰਫਤਿਹ ਪ੍ਰਵਾਨ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਹੈ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਆ ਹੈ। ਇਸ ਸਮੇਂ ਤੋਂ ਲਾਹਾ ਲਈਏ ਸੁਰਤ ਵਿਰ ਤੇ ਕਾਗਰ ਕਰਕੇ ਇੱਕ ਇੱਕ ਵਚਨ ਪਾਤਸ਼ਾਹ ਜੀ ਦੇ ਦਰ ਘਰ ਦਾ ਧਿਆਨ ਲਾ ਕੇ ਸੁਣਨਾ, ਜੀਵਨ ਵਿੱਚ ਕਮਾਉਣ ਦਾ ਯਤਨ ਵੀ ਕਰਨਾ। ਸਲੋਕ ਨੰਬਰ 50 ਜਿਸ ਦਾ ਪਾਠ ਪੜਿਆ ਤੇ ਸੁਣਿਆ ਗਿਆ ਹੈ, ਕੋਸ਼ਿਸ਼ ਕਰਾਂਗੇ ਦੋ ਸਲੋਕਾਂ ਦੇ ਵਿਚਾਰ ਹੋ ਸਕੇ। ਸੋ ਇਸ ਵਿੱਚ ਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਬੇਨਤੀ ਕਰਨ ਦਾ ਢੰਗ ਦੱਸਿਆ ਹੈ। ਹੇ ਵਾਹਿਗੁਰੂ ਜੀ, ਭਾਵੇਂ ਅਸੀਂ ਕਿਸੇ ਵੀ ਅਵਸਥਾ ਵਿੱਚ ਹੋਈਏ, ਸਾਡਾ ਸਰੀਰ ਰੋਗੀ ਹੋਵੇ ਭਾਵ ਕਿ ਤੰਦਰੁਸਤ ਹੋਵੇ ਜਾਂ ਰੋਗ ਗ੍ਰਸਤ ਹੋਵੇ, ਅਸੀਂ ਹਰ ਸਮੇਂ ਤੇਰੇ ਗੁਣ ਗਾਈਏ। ਜੇ ਦੁੱਖ ਵਿੱਚ ਹੋਈਏ ਤਾਂ ਵੀ, ਸੁੱਖ ਵਿੱਚ ਹੋਈਏ ਤਾਂ ਵੀ, ਹਰ ਵਕਤ ਤੈਨੂੰ ਯਾਦ ਰੱਖੀਏ। ਜੇ ਸੁੱਖਾਂ ਵਿੱਚ ਉਹਨੂੰ ਯਾਦ ਕਰਾਂਗੇ ਸੁੱਖ ਵਧਣਗੇ, ਦੁੱਖਾਂ ਵਿੱਚ ਯਾਦ ਕਰਾਂਗੇ ਦੁੱਖ ਘੱਟ ਜਾਣਗੇ।
ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਇਹ ਉਹਦੇ ਸਿਮਰਨ ਦੀ ਬਰਕਤ ਹੈ। ਸਵਾਓ ਪਹਿਲੀ ਤੁਕ ਤੋਂ ਪਾਵਨ ਬਚਨ ਲੈ ਕੇ ਚੱਲੀਏ। ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ। ਹੇ ਪ੍ਰਾਣ ਨਾਥ ਗੋਬਿੰਦ ਹੈ ਕਿਰਪਾ ਨਿਧਾਨ, ਜਗਦ ਗੁਰੂ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਾਡੇ ਪ੍ਰਾਣਾਂ ਦੇ ਮਾਲਕ ਹੋ, ਫਿਰ ਤੁਸੀਂ ਇਹ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ, ਸਹਾਰਾ ਰੂਪ ਹੋ ਤੁਸੀਂ, ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਹੋ, ਜਾਗਤ ਦੇ ਮਾਲਕ ਹੋ। ਜੇ ਆਪਾਂ ਵੇਖੀਏ ਕਿ ਸਾਡੇ ਪ੍ਰਾਣਾਂ ਦਾ ਆਧਾਰ ਕੌਣ ਹੈ, ਚਾਰ ਪੰਜ ਸ਼ਬਦ ਬਾਣੀ ਚ ਆਇਆ ਕਿਤੇ ਨੂੰ ਪ੍ਰਾਣੀ ਕਿਹਾ ਹੈ, ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਘਰ ਜਾਵੋ, ਜਾਂ ਫਿਰ ਵਚਨ ਹੈ ਪ੍ਰਾਣੀ ਤੂੰ ਆਇਓ ਲਾਹ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਪ੍ਰਾਣੀ ਇਹਨੂੰ ਤਾਂ ਕਹਿੰਦੇ ਨੇ ਵੀ ਅਜੇ ਪ੍ਰਾਣ ਚੱਲਦੇ ਨੇ, ਇਹ ਪ੍ਰਾਣ ਚੱਲਦੇ ਨੇ ਉਹਦੀ ਕਿਰਪਾ ਨਾਲ, ਅਸੀਂ ਨਹੀਂ ਚਲਾ ਸਕਦੇ। ਹਾਂ ਇੰਨੀ ਕੁ ਗੱਲ ਹੈ, ਬੰਦੇ ਦੇ ਹੱਥ ਵਿੱਚ ਹੈ ਵੀ ਅੱਖ ਕਦੋਂ ਖੋਲਣੀ ਹੈ ਤੇ ਕਦੋਂ ਬੰਦ ਕਰਨੀ ਹੈ, ਮੂੰਹ ਕਦੋਂ ਖੋਲਣਾ ਹੈ ਕਦੋਂ ਬੰਦ ਕਰਨਾ ਹੈ, ਕਦੋਂ ਅਸੀਂ ਉੱਠ ਕੇ ਚੱਲਣਾ, ਕਦੋਂ ਬਿਸਤਰੇ 'ਤੇ ਪੈਣਾ, ਕਦੋਂ ਕਿਤੇ ਬਹਿਣਾ, ਇਹ ਤਾਂ ਬੰਦੇ ਦੇ ਹੱਥ 'ਚ ਹੈ। ਪਰ ਇਸ ਤਰ੍ਹਾਂ ਦਾ ਬਟਨ ਲੱਗਿਆ ਕੋਈ ਜੀਵਨ 'ਚ ਵੀ ਜਦੋਂ ਚਾਹੀਏ ਸਵਾਸ ਚੱਲ ਪਣ, ਜਦੋਂ ਚਾਹੀਏ ਸਵਾਸ ਬੰਦ ਹੋ ਜਾਣ, ਨਹੀਂ। ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਪ੍ਰਾਣਾਂ ਨੂੰ ਚਲਾਉਣ ਵਾਲਾ, ਸਵਾਸਾਂ ਨੂੰ ਚਲਾਉਣ ਵਾਲਾ ਅਕਾਲ ਪੁਰਖ ਹੈ। ਜਦੋਂ ਅਸੀਂ ਨੀਂਦਰ ਵਿੱਚ ਚਲੇ ਜਾਂਦੇ ਹਾਂ ਨਾ, ਅੱਖਾਂ ਬੰਦ ਹੋ ਜਾਂਦੀਆਂ, ਭਾਵ ਕਿ ਦੇਖਦੇ ਨਹੀਂ, ਸੁਣਦੇ ਨਹੀਂ, ਬੋਲਦੇ ਨਹੀਂ, ਕੁਝ ਕਰਦੇ ਨਹੀਂ, ਸਵਾਸ ਫਿਰ ਵੀ ਚੱਲ ਰਹੇ ਨੇ, ਪ੍ਰਾਣ ਉਹ ਵਕਤ ਵੀ ਚੱਲ ਰਹੇ ਨੇ। ਜੇ ਕਿਸੇ ਟਾਇਰ ਦੇ ਵਿੱਚੋਂ ਹਵਾ ਨਿਕਲ ਜੇ ਨਾ, ਉਹ ਚੱਲਦਾ ਨਹੀਂ ਹੁੰਦਾ, ਰੁਕ ਜਾਂਦਾ, ਕਹਿੰਦੇ ਜੀ ਹੁਣ ਇਹ ਹਵਾ ਪਵਾਉਣੀ ਹੈ। ਪਰ 24,000 ਸਵਾਸ ਇਹ ਸਰੀਰ ਦੀ ਗੱਡੀ ਚੋਂ ਹਰ ਰੋਜ਼ ਨਿਕਲਦਾ 24 ਘੰਟਿਆਂ 'ਚ, ਇਹ ਫਿਰ ਵੀ ਚੱਲੀ ਜਾ ਰਹੀ ਹੈ, ਇਹ ਫਿਰ ਵੀ ਚੱਲ ਰਹੀ ਹੈ। ਕਿਉਂ? ਅਕਾਲ ਪੁਰਖ ਦੀ ਕਿਰਪਾ ਹੈ, ਕਿਉਂਕਿ ਪ੍ਰਾਣਾ ਦਾ ਨਾਥ ਉਹ ਹੈ, ਸਵਾਸ ਦੇਣ ਵਾਲਾ ਉਹ ਹੈ ਤੇ ਸਵਾਸ ਲੈਣ ਵਾਲਾ ਵੀ ਉਹ ਹੈ। ਜਦੋਂ ਮਰਜ਼ੀ ਦੇ ਦੇਵੇ, ਜਦੋਂ ਮਰਜ਼ੀ ਲੈ ਲਵੇ, ਜਿੰਨੇ ਮਰਜ਼ੀ ਦੇ ਦੇਵੇ ਤੇ ਜਿੰਨੇ ਮਰਜ਼ੀ ਲੈ ਲਵੇ। ਤਾਂ ਕਰਕੇ ਕਿਹਾ ਗੱਗਾ ਗੋਬਿੰਦ ਗੁਣ ਰਮੋ, ਸਾਸ ਸਾਸ ਜਪ ਪੀਤ, ਕਾਂ ਵਿਸਾਸਾ ਦੇ ਕਾ ਬਿਲਮ ਨਾ ਕਰੋ ਮੀਤ, ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਦੀ ਕਸ਼ਵਨ। ਕਿਸੇ ਨੂੰ ਨਹੀਂ ਪਤਾ ਕਿਹਨੇ ਬਚਪਨ 'ਚ ਤੁਰਨਾ,
ਬਹੁਤ ਮਾਪੇ ਐਸੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਤੋਰਿਆ, ਬਹੁਤ ਔਖਾ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਖੁਦ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਛੱਡਿਆ ਉਹਨਾਂ ਨੇ ਬੱਚਿਆਂ ਨੂੰ। ਕਿਸੇ ਨੂੰ ਨਹੀਂ ਪਤਾ ਕਿਹਨੇ ਜਵਾਨੀ 'ਚ ਤੁਰਨਾ ਅਤੇ ਬਜ਼ੁਰਗੀ 'ਚ ਤਾਂ ਸਾਰਿਆਂ ਨੇ ਤੁਰਨਾ। ਨਹਿ ਬਾਰਕ ਨਹਿ ਜੋਬ ਨਹਿ ਬਿਰਦੇ ਕਸ਼ਬੰਧ ਉਹ ਬੇਰਾ ਨਹਿ ਬੂਝੀਆ ਜੋ ਆਏ ਪਰੈ ਜਮ ਫੰਡ। ਕਿਸੇ ਨੂੰ ਨਹੀਂ ਪਤਾ ਉਹ ਸਮਾਂ ਕਦੋਂ ਆ ਜਾਣਾ। ਤਾਂ ਵਾਹਿਗੁਰੂ ਜੀ ਨੇ ਕੀ ਕੀਤਾ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹਰ ਕਹੀਏ ਹਰੀ, ਜੀਓ ਕਹੀਏ ਜਿੰਦ, ਹਰ ਜੀਓ ਹਰੀ ਪਰਮਾਤਮਾ, ਜੀਓ ਜਿੰਦ ਗੁਫਾ ਆ ਸਰੀਰ ਦੀ, ਆਨੰਦ ਸਾਹਿਬ ਜੀ ਦੀ ਪੌੜੀ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਸਵਾਸਾਂ ਦਾ ਵਾਜਾ ਵੱਜਣ ਲੱਗ ਗਿਆ। ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਉਹ ਜਿਹੜਾ ਦਸਵਾਂ ਗੁਪਤ ਰੱਖ ਤਾਂ ਨੌ ਪ੍ਰਗਟ ਕਰਤੇ। ਹੁਣ ਇਹ ਜਿਹੜਾ ਵਾਜਾ ਤੇ ਹਰ ਵਕਤ ਹੀ ਵੱਜ ਰਿਹਾ, ਕਿਉਂਕਿ ਵਜਾਉਣ ਵਾਲਾ ਕੋਈ ਪਿੱਛੇ ਹੈ, ਸਾਨੂੰ ਜੀਵਨ ਦੇਣ ਵਾਲਾ ਕੋਈ ਪਿੱਛੇ ਹੈ, ਸਵਾਸ ਦੇਣ ਵਾਲਾ ਕੋਈ ਪਿੱਛੇ ਹੈ, ਪ੍ਰਾਣ ਦੇਣ ਵਾਲਾ ਪਿੱਛੇ ਹੈ। ਦਸ ਬੇਨਤੀ ਕਰਦਾ ਸੀ, ਤਿੰਨ ਚਾਰ ਨਾਮ ਨੇ। ਕਿਤੇ ਮਹਾਰਾਜ ਨੇ ਇਹਨੂੰ ਕਿਹਾ ਪ੍ਰਾਣੀ ਹੈ ਤੂੰ, ਕਿਉਂਕਿ ਤੇਰੇ ਵਿੱਚ ਪ੍ਰਾਣ ਚੱਲਦੇ ਨੇ। ਕਿਤੇ ਕਿਹਾ ਮਨੁੱਖ ਜਾਂ ਮਾਨਸ, ਮਾਨਸ ਜਨਮ ਕਾ ਇਹੀ ਲਾਹੋ। ਮਾਨਸ ਇਹਨੂੰ ਤਾਂ ਕਿਹਾ ਕਿ ਬੰਦੇ ਕੋਲ ਮਨ ਹੈ, ਇਹ ਸੋਚ ਸਕਦਾ, ਵਾਧੇ ਘਾਟੇ ਬਾਰੇ ਇਹਨੂੰ ਪਤਾ। ਕਿਤੇ ਨੂੰ ਆਦਮੀ ਵੀ ਕਿਹਾ, ਹਮ ਆਦਮੀ ਹਾਂ ਇੱਕ ਦਮੀ। ਜੇ ਦਮ ਆ ਗਿਆ ਆਦਮੀ, ਦਮਾ ਨਾ ਆਇਆ ਤੇ ਮੁਰਦਾ। ਕਿਤੇ ਮਹਾਰਾਜ ਨੇ ਇਹਨੂੰ ਬੰਦਾ ਵੀ ਕਿਹਾ, ਪਰ ਕਿਹਨਾਂ ਨੂੰ ਕਿਹਾ, ਜਿਹੜੇ ਬੰਦਗੀ ਕਰਦੇ ਨੇ, ਬੰਦੇ ਉਹ ਹੁੰਦੇ ਨੇ। ਕਿਸੇ ਕੋਲ ਮਨੁੱਖਾ ਜਾਮਾ ਹੋਵੇ, ਬੰਦਗੀ ਨਾ ਹੋਵੇ, ਉਹਨੂੰ ਗੁਰੂ ਗ੍ਰੰਥ ਸਾਹਿਬ ਬੰਦਾ ਨਹੀਂ ਮੰਨਦੇ, ਨਹੀਂ ਮੰਨਦੇ ਉਹਨੂੰ। ਕੀ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਬੰਦਾ ਕੌਣ ਹੈ? ਬੰਦਾ ਸੋ ਜੋ ਬੰਦਗੀ ਹੈ। ਜਾਂ ਫਿਰ ਬਚਨ ਹੈ, ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋ ਕੇ ਪਿਆਰ। ਜਾਂ ਫਿਰ ਬਚਨ ਹੈ, ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਕੋ ਦੀਦਾਰ। ਬੰਦੇ ਉਹ ਹੁੰਦੇ ਨੇ ਜੋ ਗੁਰੂ ਦੀ ਬੰਦੀ 'ਚ ਪੈ ਜਾਂਦੇ ਨੇ, ਗੁਰੂ ਦੇ ਬੰਧਨ 'ਚ। ਉਹਨਾਂ ਦਾ ਵੇਖਣਾ ਵੀ ਬੰਧਨ 'ਚ ਹੈ, ਖਾਣਾ ਵੀ, ਬੋਲਣਾ ਵੀ, ਰਹਿਣਾ ਵੀ, ਸੋਚਣਾ ਵੀ, ਸਭ ਕੁਝ ਬੰਧਨ 'ਚ। ਜਿਹੜਾ ਗੁਰੂ ਦੇ ਬੰਧਨ 'ਚ ਆ ਗਿਆ, ਉਹਦੇ ਦੁਨੀਆਂ ਦੇ ਬੰਧਨ ਟੁੱਟ ਜਾਂਦੇ ਨੇ, ਉਹ ਮੁਕਤ ਹੋ ਜਾਂਦਾ। ਜਿਹਨੂੰ ਫਿਰ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਬੋਹੋ ਅਭਿਮਾਨਾ, ਹਰ ਸੋਕ ਤੇ ਰਹਿ ਨਿਆਰੋ ਨਾਹੇ ਮਾਨ ਅਭਿਮਾਨਾ। ਆਸਾ ਮਨਸਾ ਸਗਲ ਤਿਆਗੈ ਜਗਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇਹ ਘੱਟ
ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰਕੋ ਕਿੰਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਨੀ ਸੰਗ ਪਾਨੀ। ਜਾਂ ਫਿਰ ਵਚਨ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਹਾਵੈ, ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੇ ਨਹੀਂ ਵਿਯੋਗ, ਤੈਸਾ ਸਵਰਗ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਟ, ਤੈਸਾ ਮਹਾਨ ਜੈਸਾ ਰੰਗ, ਜੋ ਵਰਤਾਏ ਸਾਈ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਜੀਵਨ ਮੁਕਤ ਉਹ ਹੋਊਗਾ ਜਿਹੜਾ ਗੁਰੂ ਦੇ ਪਿੰਜਰੇ ਚ ਬੰਦ ਹੋਊਗਾ। ਗੁਰੂ ਦਾ ਪਿੰਜਰਾ ਕੀ ਹੈ ਜੀ? ਉਹ ਹੈ ਰਜਾ, ਹੁਕਮ, ਭਾਣਾ, ਬੰਦਗੀ, ਸੇਵਾ, ਸਿਮਰਨ, ਗੁਰੂ ਦੀ ਮੱਤ, ਇਹ ਗੁਰੂ ਦਾ ਪਿੰਜਰ ਹੈ। ਇਹਦੇ ਵਿੱਚ ਜਿਹੜਾ ਕੈਦ ਹੋ ਗਿਆ ਉਹਦੇ ਬਾਕੀ ਬੰਧਨ ਟੁੱਟ ਗਏ, ਪਰ ਜਿਹੜਾ ਗੁਰੂ ਦੇ ਪਿੰਜਰੇ ਚ ਕੈਦ ਨਾ ਹੋਇਆ ਉਹ ਹਰ ਤਰ੍ਹਾਂ ਦੀ ਗੁਲਾਮੀ ਵਿੱਚ ਗਰਸਿਆ ਜਾਂਦਾ। ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਕੋ ਦੀਦਾਰ। ਜਾਂ ਫਿਰ ਵਚਨ ਹੈ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਟੁੱਟ ਸਭ ਕਿਸ ਮੈਨੋ, ਕਦੋਂ ਸ਼ਰਤ ਹੈ ਨਾ ਇਹ, ਤੁਧ ਸਭ ਕਿਸ ਮੈਨੋ ਸੌਂਪਿਆ, ਜਾ ਤੇਰਾ ਬੰਦਾ। ਜਦੋਂ ਮੈਂ ਤੇਰਾ ਬੰਦਾ ਬਣ ਗਿਆ, ਹੁਣ ਮੈਂ ਬੰਦਾ ਪਤਾ ਨਹੀਂ ਕਿਹਦਾ ਕਿਹਦਾ ਬਣਿਆ ਫਿਰਦਾ, ਜਦੋਂ ਮੈਂ ਤੇਰਾ ਬਣ ਗਿਆ ਤੂੰ ਮੈਨੂੰ ਸਾਰਾ ਕੁਝ ਸੌਂਪਦਾ ਵੀ ਲੈ ਜਾ। ਇਹ ਉਹਦੇ ਬੰਦੇ ਬਣਨ ਦਾ ਫਾਇਦਾ ਹੈ। ਰੋ ਵਿਚਾਰ, ਇੱਥੇ ਵਚਨ ਹੈ ਪ੍ਰਾਣ, ਤਾਂ ਮੈਂ ਖੋਲਿਆ ਵੀ ਤਿੰਨ ਚਾਰ ਸ਼ਬਦ ਨੇ। ਇਹਨੂੰ ਪ੍ਰਾਣੀ ਵੀ ਕਹਿੰਦੇ ਨੇ, ਇਹਨੂੰ ਆਦਮੀ ਵੀ ਕਿਹਾ, ਇਹਨੂੰ ਮਾਨਸ ਵੀ ਕਿਹਾ, ਇਹਨੂੰ ਬੰਦਾ ਵੀ ਕਿਹਾ। ਇਹਨੂੰ ਪ੍ਰਾਣੀ ਕਿਉਂ ਕਿਹਾ? ਕਿਉਂਕਿ ਪ੍ਰਾਣ ਚੱਲ ਰਹੇ ਨੇ, ਚਲਾਉਣ ਵਾਲਾ ਪਿੱਛੇ ਹੈ। ਕੌਣ ਚਲਾ ਰਿਹਾ? ਵਾਹਿਗੁਰੂ, ਉਹਦਾ ਜ਼ਿਕਰ ਹੈ। ਹੇ ਪ੍ਰਾਣ ਨਾਥ, ਨਾਥ ਸਵਾਮੀ, ਹੇ ਪ੍ਰਾਣਾਂ ਦੇ ਸਵਾਮੀ ਗੋਬਿੰਦ ਹੈ ਅਕਾਲ ਪੁਰਖ ਵਾਹਿਗੁਰੂ, ਕਿਰਪਾ ਨਿਧਾਨ। ਨਿਧਾਨ ਦਾ ਅਰਥ ਹੁੰਦਾ ਖਜ਼ਾਨਾ, ਉਹ ਕਿਰਪਾ ਦਾ ਖਜ਼ਾਨਾ ਹੈ, ਬਖਸ਼ਿਸ਼ ਦਾ ਖਜ਼ਾਨਾ ਹੈ। ਜਾਗਤ ਗੁਰੂ ਤੇ ਸੰਸਾਰ ਦਾ ਗੁਰੂ ਹੈ, ਸ੍ਰੇਸ਼ਟ ਹੈ, ਵੱਡਾ। ਹੇ ਸੰਸਾਰ ਤਾਪ ਹਰਨ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਾਰੇ ਸੰਸਾਰ ਦੇ ਤਿੰਨ ਤਰ੍ਹਾਂ ਦੇ ਤਾਪ ਹਰ ਦਿੰਦੇ ਹੋ, ਦੂਰ ਕਰ ਦਿੰਦੇ ਹੋ। ਕਿਹੜੇ ਕਿਹੜੇ? ਆਦ, ਵਿਆਦ ਤੇ ਉਪਾਦ। ਇਹਨਾਂ ਨੂੰ ਕਿਹਾ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਆਦ ਰੋਗ ਕੀ ਹੁੰਦੇ ਆ ਜੀ? ਇਹ ਹੁੰਦੇ ਨੇ ਮਨ ਦੇ। ਕਿਸੇ ਨੂੰ ਚਿੰਤਾ ਹੋਵੇ, ਫਿਕਰ ਹੋਵੇ, ਝੋਰਾ ਹੋਵੇ, ਸੋਗ ਹੋਵੇ, ਇਹਨੂੰ ਕਹਿੰਦੇ ਨੇ ਆਦ ਰੋਗ। ਜਿਹੜੀ ਚਿੰਤਾ ਹੈ ਨਾ, ਚਿੰਤਾ ਚਿਖਾ ਦੇ ਬਰਾਬਰ ਹੁੰਦੀ ਹੈ। ਚਿਖਾ ਜਾਂ ਚਿੰਤਾ ਨੂੰ ਵਿਦਵਾਨਾਂ ਨੇ, ਸਿਆਣਿਆਂ ਨੇ ਰੂੜੀ ਦੀ ਅੱਗ ਕਿਹਾ। ਪਿੰਡਾਂ ਚੋਂ ਆਏ ਆਪਾਂ, ਬੜੀ ਭਿਆਨਕ ਹੁੰਦੀ ਹੈ ਰੂੜੀ ਦੀ ਅੱਗ ਹੁੰਦੀ ਹੈ ਨਾ ਜਿਹੜੀ, ਇੱਕ ਤਾਂ ਹੁੰਦੀ ਆ ਕੱਖਾਂ ਨੂੰ ਲੱਗਦੀ ਹੈ, ਜਿਹੜੀ ਬਣਸਪਤੀ ਨੂੰ ਲੱਗ ਜੇ ਲੱਗੀ ਤੇ ਖਤਮ ਕਹਾਣੀ ਨਾਲ ਦੀ ਨਾਲ। ਜਿਹੜੀ ਰੂੜੀ ਦੀ ਅੱਗ ਹੁੰਦੀ ਹੈ ਹੌਲੀ ਹੌਲੀ ਧੁਖਦੀ ਹੈ, ਧੂੰਆਂ ਘੱਟ ਕਰਦੀ ਹੈ, ਅੰਦਰੋਂ ਰੂੜੀ ਨੂੰ ਸਾੜਦੀ ਹੈ। ਚਿੰਤਾ ਇਸੇ ਤਰ੍ਹਾਂ ਹੁੰਦੀ ਹੈ। ਹੁਣ ਜਿਹੜਾ ਉਹਦੇ ਨਾਮ ਨਾਲ ਜੁੜ ਗਿਆ, ਬਾਣੀ ਨਾਲ ਜੁੜ ਗਿਆ, ਚਿੰਤਾ ਦਾ ਰੋਗ ਮਹਾਰਾਜ ਕੱਢ ਦਿੰਦੇ ਨੇ, ਅੰਦਰ ਸੋਗ ਵੀ ਨਹੀਂ ਰਹਿਣ ਦਿੰਦੇ। ਕੀ ਕਹਿੰਦੇ? ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ
ਜਿਹਨੇ ਤੈਨੂੰ ਪੈਦਾ ਕੀਤਾ ਨਾ ਉਹਨੇ ਰਿਜਕ ਪਹਿਲਾਂ ਬਣਾਇਆ ਤੇਰਾ, ਤੈਨੂੰ ਬਾਅਦ ਚ ਭੇਜਿਆ। ਚਿੰਤਾ ਨਾ ਕਰਿਆ ਕਰ, ਉਹਨੂੰ ਚੇਤੇ ਕਰਿਆ ਕਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜਾਣਤ ਉਪਾਈਆਂ ਤਿੰਨਾਂ ਪੀਰੋ ਜੀ ਦੇ। ਫਿਰ ਉਹ ਸੋਗ ਵੀ ਨਹੀਂ ਰਹਿਣ ਦਿੰਦਾ, ਝੋਰੇ ਵੀ ਨਹੀਂ ਰਹਿਣ ਦਿੰਦਾ, ਭਰਮ ਵੀ ਨਹੀਂ ਰਹਿਣ ਦਿੰਦਾ, ਸ਼ੱਕ ਵੀ ਨਹੀਂ ਰਹਿਣ ਦਿੰਦਾ, ਹਰ ਇੱਕ ਚੀਜ਼ ਬਾਹਰ ਕੱਢਦਾ। ਚਿੰਤਤ ਹੀ ਦੀਸੈ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਦੂਸਰੇ ਰੋਗ ਨੇ ਵਿਆਧ, ਵਿਆਧ ਰੋਗ ਹੁੰਦੇ ਨੇ ਸਰੀਰ ਦੇ। ਕਿਸੇ ਨੂੰ ਬੁਖਾਰ ਚੜ੍ਹ ਗਿਆ, ਸਰੀਰ 'ਚ ਦਰਦ ਰਹਿਣ ਲੱਗ ਗਿਆ, ਕਦੇ ਕੋਈ ਬਿਮਾਰੀ ਕਦੇ ਕੋਈ ਬਿਮਾਰੀ, ਇਹਦਾ ਇਲਾਜ ਵੀ ਹੈ ਗੁਰੂ ਗ੍ਰੰਥ ਸਾਹਿਬ 'ਚ। ਕਿਵੇਂ ਕਰਦੇ ਨੇ ਮਹਾਰਾਜ ਇਹਨੂੰ ਦੱਸਦੇ ਨੇ। ਪਹਿਲੀ ਘਾਟ ਦੱਸੀ ਮਹਾਰਾਜ ਨੇ, ਕਹਿੰਦੇ ਖਾਸਮ ਵਿਸਾਰ ਕੀਏ ਰਸ ਭੋਗ, ਤਾ ਤਨ ਉੱਠ ਖਲੋਏ ਰੋਗ। ਬਹੁਤ ਧਿਆਨ ਲੱਗ ਸੁਣਿਓ, ਹੁਣ ਕੈਂਪ ਲੱਗਣ ਲੱਗ ਗਏ ਇਸ ਤਰ੍ਹਾਂ ਦੇ ਵੀ ਗੁਰਬਾਣੀ ਅਨੁਸਾਰ ਬਿਮਾਰੀਆਂ ਦਾ ਇਲਾਜ ਕਿਵੇਂ ਕਰੀਏ, ਇਹ ਕੈਂਪ ਲੱਗਦੇ ਇਸ ਤਰ੍ਹਾਂ ਦੇ। ਹੁਣ ਸਮਝੀ ਇਸ ਚੀਜ਼ ਨੂੰ, ਪਾਤਸ਼ਾਹ ਜੀ ਕਹਿੰਦੇ ਵੀ ਖਾਸਮ ਵਿਸਾਰ ਕੀਏ ਰਸ ਭੋਗ, ਰੱਬ ਨੂੰ ਭੁਲਾ ਕੇ ਜੋ ਕੁਝ ਖਾਧਾ, ਜੋ ਕੁਝ ਪੀਤਾ, ਜੋ ਕੁਝ ਤੇਰੀਆਂ ਅੱਖਾਂ ਨੇ ਵੇਖਿਆ, ਜੋ ਤੇਰੇ ਕੰਨਾਂ ਨੇ ਸੁਣਿਆ, ਇਹ ਰੋਗ ਬਣ ਕੇ ਅੰਦਰ ਆ ਗਏ। ਖਾਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਾਂ ਫਿਰ ਵਚਨ ਹੈ ਪਰਮੇਸ਼ਰ ਤੇ ਭੁੱਲਿਆ, ਬੋਲੋ ਜੀ ਸਾਰੇ, ਵਿਆਪਨ ਸਭੇ, ਇੱਕ ਦੋ ਨਹੀਂ ਸਾਰੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਹੋਇਓ। ਸਿੱਧੀ ਜੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਨੇ ਜੀ, ਥਾਲ ਨੇ। ਅਖੀਰਲਾ ਵਚਨ ਹੈ ਗੁਰੂ ਅਰਜਨ ਮਹਾਰਾਜ ਜੀ ਦਾ, ਤੁਹਾਡੀ ਰਸਨਾ ਤੇ ਰਹਿੰਦਾ, ਥਾਲ ਵਿੱਚ ਸੱਤ ਅੰਮ੍ਰਿਤ ਨਾਮ ਜਿਸਕਾ ਸਭ ਸਭ। ਸਿੱਖ ਉਹੀ ਆਪਣੇ ਸਰੀਰ 'ਚ ਪਾ ਲਵੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਇਆ। ਬਸ ਜਿਹੜਾ ਗੁਰੂ ਗ੍ਰੰਥ ਰੂਪੀ ਥਾਲ ਵਿੱਚ ਪਾਇਆ ਨਾ ਮਹਾਰਾਜ ਨੇ, ਤਿੰਨ ਵਸਤੂਆਂ ਪਾਈਆਂ ਮੁੱਖ ਰੂਪ 'ਚ, ਥਾਲ ਵਿੱਚ ਤਿੰਨ, ਸੱਤ ਸੰਤੋਖ ਅਤੇ ਅੱਗੇ ਨਾਮ ਹੈ। ਤਿੰਨ ਵਸਤੂਆਂ ਨੇ ਸੱਤ ਸੰਤੋਖ ਨਾਮ, ਇਹ ਤਿੰਨ ਵਸਤੂਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ, ਇਹੀ ਸਿੱਖ ਨੇ ਆਪਣੇ ਜੀਵਨ 'ਚ ਪਾਉਣੀਆਂ ਨੇ, ਬਾਕੀ ਕੱਢ ਦੇਣੀਆਂ ਨੇ। ਬਸ ਸਿੱਧਾ ਜਿਹਾ ਹਿਸਾਬ ਹੈ, ਸਭ ਹੈ ਬਿਲਕੁਲ। ਫਿਰ ਪਾਤਸ਼ਾਹ ਕਹਿੰਦੇ ਵੀ ਇਹ ਜਿਹੜਾ ਤੇਰਾ ਸਰੀਰ ਹੈ ਇਹ ਹਰਿਮੰਦਰ ਹੈ। ਅਸੀਂ ਉਹ ਹਰਿਮੰਦਰ ਦੀ ਗੱਲ ਕਰਦੇ ਹਾਂ ਕਿ ਮੱਸਾ ਰੰਗੜ ਤਾਕਤ ਲਾ ਕੇ ਬਹਿ ਗਿਆ, ਉਹ ਵਕਤ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਆਏ ਅਤੇ ਉਹਦਾ ਗਾਟਾ ਲਾ ਕੇ ਲੈ ਗਏ, ਨੇਜੀ 'ਤੇ ਟੰਗ ਲਿਆ ਸਿਰ, ਬੀਕਾਨੇਰ ਦੇ ਜੰਗਲਾਂ 'ਚ ਜਾ ਕੇ ਉਹਦੇ ਨਾਲ ਖੇਦੋ ਖੁੱਡੀ ਖੇਡੀ ਉਹਨਾਂ ਨੇ। ਕਿਉਂ? ਇਸ ਹਰਿਮੰਦਰ ਵਿੱਚ ਕੋਈ ਸ਼ਰਾਬ ਨਹੀਂ ਪੀ ਸਕਦਾ, ਆਈ ਹੈ ਨਾ ਕਹਾਣੀ ਪਿੱਛੇ, ਇਸ ਹਰਿਮੰਦਰ ਵਿੱਚ ਕੋਈ ਨਾਚ ਨਹੀਂ ਕਰਾ ਸਕਦਾ। ਉਹਨੇ ਕੀ ਕੀਤਾ ਸੀ, ਸ਼ਰਾਬ ਕਬਾਬ ਸਬਾਬ ਤਿੰਨੇ ਚੀਜ਼ਾਂ ਕੀਤੀਆਂ ਉੱਥੇ, ਅਤੇ ਸਿੰਘਾਂ ਨੇ ਸਿਰ ਵੱਢ ਲਿਆ ਉਹਦਾ। ਅਤੇ ਬਾਣੀ ਕੀ ਕਹਿੰਦੀ ਹੈ, ਕਹਿੰਦੇ ਸਰੀਰ ਵੀ ਹਰਿਮੰਦਰ ਹੈ ਜੀ, ਉੱਥੇ ਮੱਸਾ ਰੰਗੜ ਪ੍ਰਵਾਨ ਨਹੀਂ ਉਹ ਹਰਿਮੰਦਰ 'ਚ, ਇੱਥੇ ਮੱਸਾ ਰੰਗੜ ਕਿਉਂ ਪਾਇਆ ਫਿਰ, ਇਹਨੂੰ ਸ਼ਰਾਬ ਦੀ ਭੱਠੀ ਕਾਹ ਤੋਂ ਬਣਾ ਲਿਆ।
ਆ ਸਰੀਰ ਨੂੰ ਇਹਨੂੰ ਵੀ ਤਾਂ ਹਰਿਮੰਦਰ ਬਣਾ ਤੂੰ। ਉਹ ਕੁਝ ਪੀ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈ ਆ ਸਭ ਉੱਤੇ ਖਾ ਜਾ। ਉਹ ਕੁਝ ਖਾ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਹ ਤਿੰਨ ਚੀਜ਼ਾਂ ਨੇ, ਸੱਤ ਸੰਤੋਖ ਤੇ ਨਾਮ। ਇਹ ਖੁਰਾਕ ਬਣਾ ਲਾ ਆਪਣੇ ਜੀਵਨ ਦੀ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚ ਨਾ। ਬਾਬਾ ਤਰ ਸਿੰਘ ਜੀ ਮਸਤਵਾਣੇ ਵਾਲੇ ਇੱਕ ਦਿਨ ਬੈਠੇ ਸੀ, ਇੱਕ ਸ਼ਰਾਬੀ ਆ ਕੇ ਟੱਕਿਆ ਹੋਇਆ ਪੂਰਾ, ਆ ਕੇ ਮਹਾਂਪੁਰਖਾਂ ਨੂੰ ਬੋਲਣ ਲੱਗ ਗਿਆ। ਸਾਧੂ ਸੀ ਨਾ ਉਹ, ਉਹਨੇ ਸਾਰਾ ਕੁਝ ਹਜ਼ਮ ਕੀਤਾ ਸੁਣ ਲਿਆ। ਤੋਂ ਦੇਖੋ ਸਮਝਾਉਣ ਦਾ ਤਰੀਕਾ, ਕਹਿੰਦੇ ਹੋਰ ਹੈਗਾ ਕੁਛ ਤੇਰੇ ਕੋਲ? ਉਹਨੇ ਜੀ ਡੱਬ 'ਚ ਬੋਤਲ ਕੱਢ ਲਈ, ਕਹਿੰਦਾ ਬਾਬਾ ਹੈਗੀ ਮੇਰੇ ਕੋਲ। ਕਹਿੰਦੇ ਲਿਆ ਇੱਧਰ ਮੇਰੇ ਕੋਲ। ਉਹਨੇ ਕੁਝ ਹੋਰ ਸਮਝ ਲਿਆ ਕਿ ਪਤਾ ਨਹੀਂ ਕਿਉਂ ਮੰਗਾ ਰਹੇ ਨੇ ਮੇਰੇ ਤੋਂ। ਸਾਹਮਣੇ ਇੱਕ ਬਾਟਾ ਪਿਆ ਸੀ, ਕਹਿੰਦੇ ਇਹਦੇ 'ਚ ਪਾ ਦੇ। ਪਾਤੀ, ਕੁੱਤੇ ਨੂੰ ਬੁਲਾਇਆ ਕੋਲ, ਕੁੱਤੇ ਨੇ ਸੁੰਘਿਆ ਅਤੇ ਪਿੱਛੇ ਮੁੜ ਗਿਆ। ਕਹਿੰਦੇ ਕੁਝ ਸਮਝਿਆ? ਸ਼ਰਾਬੀ ਨੂੰ ਕਹਿੰਦੇ ਨੇ, ਕਹਿੰਦਾ ਜੀ ਇਹਦੇ ਵਿੱਚ ਸਮਝਣ ਵਾਲੀ ਕੀ ਗੱਲ ਹੈ? ਕਹਿੰਦਾ ਜੀ ਇਹਨੂੰ ਕੁੱਤਾ ਨਹੀਂ ਪੀਂਦਾ, ਤੂੰ ਕਾਹਤੋਂ ਪੀ ਰਿਹਾ? ਇਹਨੂੰ ਕੁੱਤਾ ਨਹੀਂ ਪੀ ਰਿਹਾ, ਤੂੰ ਪੀ ਰਿਹਾ ਬੰਦਾ ਹੋ ਕੇ। ਉਹਨਾਂ ਦੇ ਬਟਨ 'ਚ ਸੱਤਿਆ ਸੀ, ਚਰਨਾਂ 'ਤੇ ਗਿਰ ਗਿਆ। ਕਹਿੰਦਾ ਜੀ ਅੱਜ ਤੋਂ ਬਾਅਦ ਨਹੀਂ ਪੀਂਦਾ। ਇਹ ਜਿੰਨੇ ਵੀ ਤਨ ਦੇ ਰੋਗ ਲੱਗਦੇ ਆ ਨਾ, ਅਸੀਂ ਖੁਦ ਗੜਬੜ ਕਰਦੇ ਹਾਂ। ਜਿਵੇਂ ਕੰਪਿਊਟਰ ਚਲਾਉਂਦੇ ਹਾਂ ਆਪਾਂ, ਅੱਜ ਦੀ ਉਦਾਹਰਨ ਦਈਏ ਮੌਕੇ ਦੀ, ਉਹਦੇ ਵਿੱਚ ਥੋੜ੍ਹੀ ਮੋਟੀ ਗੜਬੜ ਹੋ ਜੇ, ਉਹਦੇ ਵਿੱਚ ਹੀ ਉਹਦਾ ਇਲਾਜ ਪਿਆ, ਬਾਹਰੋਂ ਨਹੀਂ ਕੋਈ ਪਾਉਣਾ ਲਿਆ ਕੇ, ਉਹਨੇ ਵਿੱਚ ਹੀ ਸੈਟਿੰਗ ਕਰਨੀ ਪੈਂਦੀ ਹੈ ਸਾਨੂੰ, ਅਤੇ ਕੰਪਿਊਟਰ ਫਿਰ ਚੱਲਣ ਲੱਗ ਜਾਂਦਾ। ਇਸੇ ਤਰ੍ਹਾਂ ਸਾਡੇ ਅੰਦਰ ਹੀ ਗੜਬੜ ਹੈ। ਜਦੋਂ ਅਸੀਂ ਮਹਾਰਾਜ ਤੋਂ ਦੂਰ ਹੋ ਕੇ ਖਾਂਦੇ ਹਾਂ, ਉਹ ਖਾਣੇ ਤੋਂ ਵੀ ਰੋਗ ਲੱਗਦੇ ਨੇ, ਪੀਂਦੇ ਹਾਂ ਉਹ ਤੋਂ ਵੀ ਰੋਗ ਲੱਗਦੇ ਨੇ, ਸੋਚਦੇ ਹਾਂ ਉਹ ਤੋਂ ਵੀ ਰੋਗ ਲੱਗਦੇ ਨੇ, ਵੇਖਦੇ ਹਾਂ ਉਹ ਤੋਂ ਵੀ ਰੋਗ ਲੱਗਦੇ ਨੇ, ਸੁਣਦੇ ਹਾਂ ਉਹ ਤੋਂ ਵੀ ਰੋਗ ਲੱਗਦੇ ਨੇ। ਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਦੱਸ ਦਿੱਤਾ ਕੀ ਖਾਣਾ, ਕਿੰਨਾ ਖਾਣਾ, ਕਦੋਂ ਖਾਣਾ, ਤਿੰਨ ਚੀਜ਼ਾਂ ਨੇ। ਐਸਾ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਣ ਪੀੜੀਏ, ਮਨ ਮੈਂ ਚਲੈ ਵਿਕਾਰ। ਉਹ ਭੋਜਨ ਨਹੀਂ ਖਾਣਾ ਜਿਹਨੂੰ ਖਾ ਕੇ ਮਨ ਵਿੱਚ ਵਿਕਾਰ ਪੈਦਾ ਹੋਣ, ਨਹੀਂ ਖਾਣਾ। ਕਿੰਨਾ ਖਾਣਾ ਫਿਰ ਭਾਈ ਗੁਰਦਾਸ ਨੂੰ ਪੜ੍ਹੋ, ਥੋੜ੍ਹਾ ਸਵਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤਿ ਪਾਏ। ਫਿਰ ਮਹਾਰਾਜ ਨੇ ਐਸਾ ਵੀ ਵਚਨ ਕੀਤਾ ਕਿ ਕਹਿੰਦੇ ਫਿੱਟ ਅਵੇਹਾ ਜੀਵਿਆ, ਜਿੱਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਫਿਰ ਮਹਾਰਾਜ ਨੇ ਦੱਸਿਆ ਵੀ ਸੌਣਾ ਕਿੰਨਾ ਕਹਿ, ਐਸਾ ਸੌਣਾ ਖੁਸ਼ੀ ਖੁਆਰ, ਜਿੱਤ ਸੁੱਤੈ ਤਨ ਪੀੜੀਆ, ਮਨ ਮੈਂ ਚਲੈ ਵਿਕਾਰ। ਉਹ ਸੌਣਾ ਵੀ ਪ੍ਰਵਾਨ ਨਹੀਂ। ਕੱਲੀ ਕੱਲੀ ਗੱਲ ਸਮਝਾਈ ਬਾਣੀ ਚ, ਜੇ ਤੂੰ ਚਾਹੁੰਦਾ ਤੇਰੇ ਸਰੀਰ ਵਿੱਚੋਂ ਰੋਗ ਦੂਰ ਹੋ ਜਾਣ, ਤਾਂ ਫਿਰ ਇਹ ਗੱਲਾਂ ਤੇ ਵੀ ਧਿਆਨ ਦੇ। ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸ ਦਿੱਤਾ ਤੇਰਾ ਖਾਣਾ ਕੀ ਹੈ, ਪੀਣਾ ਕੀ ਹੈ, ਸੌਣਾ ਕੀ ਹੈ, ਦੇਖਣਾ ਕੀ ਹੈ, ਸੁਣਨਾ ਕੀ ਹੈ, ਬੋਲਣਾ ਕੀ ਹੈ, ਸੋਚਣਾ ਕੀ ਹੈ, ਜ਼ਿੰਦਗੀ ਦਾ ਕਿਹੜਾ ਪੱਖ ਹੈ ਜਿਸ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਚਾਨਣਾ ਨਹੀਂ ਪਾਇਆ। ਹਰ ਪੱਖ ਵਿੱਚ ਚਾਨਣਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਤੀਸਰੇ ਰੋਗ ਨੇ ਉਪਾਦ। ਜਹੈ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ, ਵਡ ਭਾਗੀ ਹਰ
ਜਪਣਾ ਜਣ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਨ ਤਰਨਾ। ਕੁਦਰਤੀ ਕੁਦਰਤ ਵਿੱਚ ਜੋ ਆ ਰਿਹਾ ਜਾਂ ਕੁਦਰਤੀ ਆਫਤਾਂ, ਕਦੇ ਹੜ੍ਹ ਆ ਗਿਆ ਚੜ੍ਹ ਕੇ, ਕਦੇ ਹਨੇਰੀ ਆ ਗਈ, ਕਦੇ ਤੂਫਾਨ ਆ ਗਿਆ, ਕਦੇ ਬਿਜਲੀ ਗਿਰ ਗਈ ਅਸਮਾਨੀ ਬਿਜਲੀ ਫਸਲ ਦੇ ਉੱਪਰ, ਕਦੇ ਐਕਸੀਡੈਂਟ ਹੋ ਗਿਆ, ਜਾਂ ਕਦੇ ਗਰਮੀ ਵੱਧ ਗਈ ਜਾਂ ਕਦੇ ਸਰਦੀ ਵੱਧ ਗਈ। ਇਹ ਜਿਹੜਾ ਤੀਸਰਾ ਰੋਗ ਹੈ ਇਹ ਵੀ ਚਲਾ ਜਾਂਦਾ ਕਦੋਂ, ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ। ਕਿਵੇਂ ਜਾਂਦਾ? ਧਿਆਨ ਦਿਓ ਥੋੜ੍ਹਾ ਜਿਹਾ, ਬਾਰਾਂ ਮਾਹ ਪੜ੍ਹੋ, ਉਹਦੇ ਵਿੱਚ ਵਚਨ ਹੈ, ਅਸਾੜਤ ਪੰਦਾ ਤਿਸ ਲੱਗੈ ਹਰ ਨਾਹੋ ਨਾ ਜਿੰਨਾ ਪਾਸ। ਹਾੜ ਦਾ ਮਹੀਨਾ ਤਪਦਾ ਨਾ, ਪਰ ਕਿਹਨਾਂ ਲਈ ਤਪਦਾ? ਜਿਹਨਾਂ ਨੂੰ ਰੱਬ ਚੇਤੇ, ਜਿਹਨਾਂ ਨੂੰ ਰੱਬ ਚੇਤੇ ਹੈ, ਉਹ ਅੰਦਰੋਂ ਇੰਨੇ ਠਰ ਗਏ, ਬਾਹਰ ਜਿੰਨੇ ਮਰਜ਼ੀ ਗਰਮੀ ਚੜ੍ਹ ਜੇ ਉਹ ਕਦੇ ਨਹੀਂ ਕਹਿੰਦੇ ਵੀ ਸਾਨੂੰ ਗਰਮੀ ਲੱਗਦੀ ਹੈ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਫਿਰ ਆ ਜੋ ਪੋਹ ਦੇ ਮਹੀਨੇ ਤੇ, ਉੱਥੇ ਮਹਾਰਾਜ ਨੇ ਕੀ ਕਿਹਾ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ। ਜਿਹਨਾਂ ਦੇ ਗਲੇ ਵਿੱਚ ਵਾਹਿਗੁਰੂ ਜੀ ਦਾ ਨਾਮ ਮਿਲ ਗਿਆ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹਿੰਦੇ ਬਾਹਰੋਂ ਜਿੰਨਾ ਮਰਜ਼ੀ ਕੱਕਰ ਪੈ ਜੇ, ਜਿੰਨੀ ਮਰਜ਼ੀ ਠੰਡ ਹੋ ਜੇ, ਠੰਡ ਨਹੀਂ ਲੱਗਦੀ। ਹੋਰ ਸੁਣੋ, ਝੱਖੜ ਝਾਂਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ, ਜੇ ਸਮੁੰਦ ਹੋਵੇ ਅਤ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ। ਉਪਾਦ ਕੁਦਰਤੀ ਆਫਤਾਂ, ਕਦੇ ਗਰਮੀ ਆ ਗਈ, ਸਰਦੀ ਆ ਗਈ, ਮੀਂਹ ਆ ਗਿਆ, ਗੜੇਮਾਰੀ ਹੋ ਗਈ, ਹਨੇਰੀ ਚੜ੍ਹ ਗਈ, ਤੂਫਾਨ ਆ ਗਿਆ, ਇਹ ਚੀਜ਼ਾਂ ਵੀ ਉਹਨੂੰ ਰੁਕਾਵਟ ਨਹੀਂ ਪਾ ਸਕਦੀ, ਚਲਾ ਜਾਂਦਾ ਹੈ। ਗੁਰੂ ਅੰਗਦ ਮਹਾਰਾਜ ਦਾ ਸਿੱਖ ਹੋਇਆ ਭਾਈ ਜੀਵਾ ਜੀਵੀਦਾਰ ਸੀ, ਹਰ ਰੋਜ਼ ਸੱਜੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ ਕਰੇ ਅਤੇ ਮਹਾਰਾਜ ਤੋਂ ਸੇਵਾ ਲੈ ਲਈ ਸੀ ਇਹਨੇ, ਮਹਾਰਾਜ ਜੀ ਮੇਰੇ 'ਤੇ ਕਿਰਪਾ ਕਰੋ, ਇੱਕ ਮੈਨੂੰ ਸੇਵਾ ਦੇ ਦਿਓ। ਪਾਤਸ਼ਾਹ ਜੀ ਕਹਿੰਦੇ ਕਿਹੜੀ? ਕਹਿੰਦਾ ਜੀ ਮੈਂ ਰੋਜ਼ ਆਇਆ ਕਰੋ ਤੁਹਾਡੇ ਵਾਸਤੇ ਖਿਚੜੀ ਲਿਆਇਆ ਕਰੋ ਬਣਾ ਕੇ। ਭਾਈ ਜੀ ਵਾ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਸਿੱਖਾ ਲਿਆਇਆ ਕਰ, ਰੋਜ਼ ਲਿਆਇਆ ਕਰੇ ਜੀ। ਇੱਕ ਦਿਨ ਫਿਰ ਹਨੇਰੀ ਆ ਗਈ, ਉਹੀ ਟਾਈਮ ਇਹਨੇ ਅਰਦਾਸ ਕਰਤੀ। ਕੀ ਕਹਿੰਦਾ? ਕਹਿੰਦਾ ਮਹਾਰਾਜ ਆ ਹਨੇਰੀ ਹਟਾ ਦੇ, ਹਨੇਰੀ ਹਟਾ। ਇੱਕ ਤਾਂ ਮੇਰੇ ਚੁੱਲ੍ਹੇ 'ਚ ਅੱਗ ਨਹੀਂ ਬਲ ਰਹੀ, ਹਵਾ ਪੈ ਰਹੀ ਹੈ, ਖਿਚੜੀ ਬਣਾਉਣੀ ਹੈ ਨਾ ਤੇਰੀ, ਇਹ ਹਵਾ ਹਟਾ, ਮੈਂ ਖਿਚੜੀ ਲੈ ਕੇ ਆਵਾਂ, ਮੇਰਾ ਵਿਧਾਨ ਨਾ ਟੁੱਟੇ। ਅਤੇ ਲਿਆ ਕੇ ਖਿਚੜੀ ਮਹਾਰਾਜ ਦੇ ਅੱਗੇ ਰੱਖ ਦਿੱਤੀ, ਹਵਾ ਤਾਂ ਬੰਦ ਹੋ ਗਈ। ਪਾਤਸ਼ਾਹ ਕਹਿੰਦੇ ਭਾਈ ਜੀ ਵੀ ਆ ਵੀ ਅੱਜ ਆਪਾਂ ਖਿਚੜੀ ਨਹੀਂ ਛਕਣੀ। ਕਹਿੰਦਾ ਮਹਾਰਾਜ ਅੱਜ ਕੀ ਹੋ ਗਿਆ? ਕਹਿੰਦੇ ਅੱਜ ਖਿਚੜੀ 'ਚ ਰਾਜਾ ਦਾ ਪਾਠ ਹੈ ਨਹੀਂ, ਹੁਕਮ ਦਾ ਪਾਠ ਨਹੀਂ ਹੈਗਾ ਅੱਜ ਇਹਦੇ ਵਿੱਚ, ਅੱਜ ਇਹਦੇ ਵਿੱਚ ਰਜਾ ਭੰਗ ਹੋ ਗਈ ਹੈ, ਅੱਜ ਇਹਦੇ ਵਿੱਚ ਹੁਕਮ ਭੰਗ ਹੋ ਗਿਆ ਹੈ, ਅੱਜ ਖਿਚੜੀ ਮੈਂ ਛਕਣੀ ਨਹੀਂ ਤੇਰੀ। ਜੇ ਉਹ ਸਾਰਾ ਕੁਝ ਕਰਨ ਕਰਾਉਣ ਵਾਲਾ ਕਾਲ ਪੁਰਖ ਪਰਮਾਤਮਾ, ਫਿਰ ਤੂੰ ਉਹਨੂੰ ਕਿਉਂ ਕਿਹਾ ਵੀ ਹਨੇਰੀ ਬੰਦ ਕਰ? ਉਹੀ ਚਲਾ ਰਿਹਾ ਨਾ, ਖਬਰ ਕਿਹਦਾ ਭਾਲਾ ਹੋ ਰਿਹਾ ਕਿਤੇ ਜਾ ਕੇ। ਹੱਥ ਜੋੜੇ ਪਾਤਸ਼ਾਹ ਜੀ, ਅੱਗੋਂ ਤੋਂ ਨਹੀਂ ਹੋਏਗਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਨਕ।
ਤਾਂ ਤਿੰਨੇ ਤਾਪ ਬਚਦੇ ਨਹੀਂ ਉੱਥੇ ਜਿਹੜਾ ਗੁਰੂ ਦੇ ਨਾਮ ਨਾਲ ਜੁੜ ਗਿਆ। ਜਿਹੜਾ ਨਹੀਂ ਜੁੜਿਆ ਫਿਰ ਉੱਥੇ ਬਚਣਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਮਿਲ ਲਾਏ। ਜਿਵੇਂ ਕੋਹੜ ਦਾ ਰੋਗੀ, ਉਹਦੇ ਸਰੀਰ ਵਿੱਚ ਦਰਦਾਂ ਨੇ, ਜ਼ਖਮ ਨੇ, ਲੋਹ ਪਾਕ ਵਗਦਾ, ਮੱਖੀਆਂ ਭਿਣਕਦੀਆਂ ਨੇ, ਉਹ ਬਿਲਕਦਾ ਨਾ ਕੋਹੜ ਦਾ ਰੋਗੀ, ਇਸੇ ਤਰ੍ਹਾਂ ਬੰਦਾ ਫਿਰ ਬਿਲਕਦਾ ਜਦੋਂ ਉਹ ਭੁੱਲਦਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਪਰ ਜਿਹੜਾ ਜੁੜ ਗਿਆ ਉਹ ਤਿੰਨ ਤਰ੍ਹਾਂ ਦੇ ਤਾਪ ਬਚਦੇ ਨਹੀਂ। ਪਾਤਸ਼ਾਹ ਜੀ ਇੱਥੇ ਬਚਨ ਸਮਝਾ ਰਿਹਾ, ਹੇ ਸੰਸਾਰ ਤਾਪ ਹਰਨ ਹੈ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸੰਸਾਰ ਦੇ ਤਿੰਨੇ ਤਰ੍ਹਾਂ ਦੇ ਤਾਪ ਹਰ ਦਿੰਦਾ, ਦੂਰ ਕਰ ਦਿੰਦਾ, ਆਦ ਵਿਆਦ ਤੇ ਉਪਾਦ। ਕਰੁਣਾ ਮੈਂ ਤੂੰ ਮਿਹਰ ਸਵਰੂਪ ਹੈ, ਮੈਂ ਦਾ ਇੱਥੇ ਅਰਥ ਵਿੱਚ ਨਹੀਂ ਹੈ। ਜਦੋਂ ਹਿੰਦੀ ਭਾਸ਼ਾ ਵੱਲੋਂ ਸ਼ਬਦ ਆਏਗਾ ਨਾ, ਇਹਦਾ ਅਰਥ ਬਣ ਜਾਂਦਾ ਵਿੱਚ। ਜਿਵੇਂ ਆਪ ਜੀ ਨੇ ਪਹਿਲਾਂ ਸੁਣਿਆ ਸੀ ਨਾ, ਜੋ ਨਰ ਦੁੱਖ ਮੈਂ, ਇੱਥੇ ਅਰਥ ਕੀ ਹੈ ਜੀ ਵਿੱਚ, ਇੱਥੇ ਅਰਥ ਕੀ ਹੈ ਸਰੂਪ। ਕਰੁਣਾ ਮੈਂ, ਤੂੰ ਕਰੁਣਾ ਦਾ, ਦਇਆ ਦਾ, ਮਿਹਰ ਦਾ ਸਵਰੂਪ ਹੈ, ਮਿਹਰ ਸਰੂਪ ਹੈ ਤੂੰ। ਜਿਵੇਂ ਕਿ ਵਚਨ ਹੋਰ ਲੈ ਲਿਓ, ਗਾਗਣ ਮੈਂ ਥਾਲ ਰਬ ਚੰਡ ਦੀਪਕ ਬਣੇ, ਤਾਰੇ ਕਾ ਮੰਡਲ ਜਨਕ ਮੋਤੀ, ਉੱਥੇ ਵੀ ਮੈਂ ਦਾ ਅਰਥ ਹੈ ਸਵਰੂਪ। ਜਦੋਂ ਹਿੰਦੀ ਭਾਸ਼ਾ ਵੱਲੋਂ ਸ਼ਬਦ ਆਏਗਾ, ਇਹਦਾ ਅਰਥ ਬਣ ਜਾਣਾ ਵਿੱਚ, ਇੱਥੇ ਅਰਥ ਹੈ ਸਰੂਪ। ਕਰੁਣਾ ਮੈਂ ਸਭ ਦੁੱਖ ਹਰੋ, ਤੂੰ ਮਿਹਰ ਦਾ, ਦਇਆ ਦਾ ਸਰੂਪ ਹੈ, ਤੂੰ ਸਾਡੇ ਸਾਰੇ ਦੁੱਖ ਹਰਨਾ ਕਰੋ। ਹੇ ਸਰਨ ਜੋਗ ਦਇਆਲਾ, ਦਇਆਲਾ ਹੈ ਦਾ ਅਰਥ ਹੁੰਦਾ ਦਇਆ ਦਾ ਘਰ, ਜਿਹਦੇ ਵਿੱਚੋਂ ਹਰ ਵਕਤ ਦਇਆ ਹੀ ਨਿਕਲਦੀ ਹੈ, ਮੈਂ ਸੂਰਜ ਵਿੱਚੋਂ ਹਰ ਵਕਤ ਕਿਰਨਾਂ ਨਿਕਲਦੀਆਂ ਨੇ, ਬਰਫ਼ ਦੇ ਵਿੱਚੋਂ ਠੰਡ ਨਿਕਲਦੀ ਹੈ, ਠਾਰਾ ਨਿਕਲਦਾ, ਇਸੇ ਤਰ੍ਹਾਂ ਕਾਲ ਪੁਰਖ ਦੇ ਵਿੱਚੋਂ ਹਰ ਵਕਤ ਦਇਆ ਨਿਕਲਦੀ ਹੈ। ਉਹਦੇ ਵਿੱਚ ਨਫ਼ਰਤ ਨਹੀਂ ਹੈ ਕਿਸੇ ਦੀ, ਵਿਰੋਧ ਵੀ ਨਹੀਂ, ਦੁਸ਼ਮਣੀ ਨਹੀਂ, ਹਰ ਵਕਤ ਦਇਆ ਦੇ ਘਰ 'ਚ ਹੈ, ਮਿਹਰ ਦੇ ਘਰ 'ਚ ਹੈ, ਬਖਸ਼ਿਸ਼ ਦੇ ਘਰ ਵਿੱਚ ਹੈ। ਤਾਂ ਕਰਕੇ ਉਹਨੂੰ ਕਹਿੰਦੇ ਨੇ ਦਿਆਲੂ, ਕਿਰਪਾਲੂ, ਹਰ ਵਕਤ ਹੀ ਕਿਰਪਾ ਕਰਦਾ, ਹਰ ਵਕਤ ਹੀ ਦਇਆ ਕਰਦਾ। ਹੇ ਸਰਨ ਯੋਗ ਦਇਆਲਾ, ਹੇ ਦਇਆ ਦੇ ਘਰ, ਤੂੰ ਸ਼ਰਨ ਵਿੱਚ ਆਇਆ ਦੀ ਲਾਜ ਰੱਖਣ ਵਾਲਾ ਹੈ। ਜ਼ਰੂਰੀ ਨਹੀਂ ਜਿਨ੍ਹਾਂ ਦੀ ਆਪਾਂ ਸ਼ਰਨ ਵਿੱਚ ਜਾਂਦੇ ਹਾਂ ਉਹ ਸਾਡੀ ਲਾਜ ਰੱਖ ਸਕਣ। ਤਾਂ ਕਰਕੇ ਮਹਾਰਾਜ ਕਹਿੰਦੇ ਨੇ, ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਨ, ਹਰ ਸੱਜਣ ਦਾਵਣ ਲੱਗਿਆ ਕੋਈ ਨਾ ਦੇਹੀ ਨਿਵਨ। ਜਾਂ ਫਿਰ ਵਚਨ ਹੈ, ਊਚਾ ਆਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰਥ। ਇਹ ਸ਼ਰਨ ਆਇਆਂ ਦੀ ਲਾਜ ਰੱਖਦਾ, ਭਾਵੇਂ ਸਿਰ ਵੀ ਕਿਉਂ ਨਾ ਲਹਾਉਣਾ। ਆਹੀ ਕਿਹਾ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ, ਪੰਡਿਤ ਇਕੱਠੇ ਹੋ ਕੇ ਆ ਗਏ, ਪਾਤਸ਼ਾਹ ਤੇਰੇ ਘਰ ਬਾਰੇ ਸੁਣਿਆ ਤੇ ਵੇਖਿਆ, ਕਿਰਪਾ ਦਾਸ ਪੰਡਿਤ ਦੀ ਅਗਵਾਈ 'ਚ ਆਏ ਸੀ, ਇਹਦੇ ਘਰ ਵਿੱਚ ਸਿੱਖੀ ਦਾ ਬੂਟਾ ਲਾਤਾ ਸੀ ਗੁਰੂ ਨਾਨਕ ਮਹਾਰਾਜ ਨੇ, ਇਹਦੇ ਪੁਰਖਿਆਂ ਨੂੰ ਸਿੱਖੀ ਬਖਸ਼ੀ, ਉਹ ਲੈ ਕੇ ਪਹੁੰਚ ਗਿਆ।
ਕਹਿੰਦੇ ਅੱਜ ਤੇਰੇ ਘਰ ਚ ਜਨੇਊ ਪਾਉਣ ਨਹੀਂ ਆਏ, ਜਨੇਊ ਬਚਾਉਣ ਆਏ। ਪਹਿਲੇ ਜਾਮੇ ਚ ਤੈਨੂੰ ਜਨੇਊ ਪਾਉਣ ਆਇਆ ਸੀ ਪੰਡਿਤ ਹਰਦਿਆਲ, ਪੰਡਿਤ ਅੱਜ ਵੀ ਆਏ ਨੇ, ਪਰ ਅੱਜ ਪੰਡਿਤ ਇਹ ਵੀ ਕਹਿੰਦੇ ਵੀ ਸਾਡਾ ਜਨੇਊ ਪਾ। ਅੱਜ ਪੰਡਿਤ ਇਕੱਠੇ ਹੋ ਕੇ ਇਹ ਕਹਿੰਦੇ ਨੇ ਜੋ ਸਾਡੇ ਪਾਇਆ ਹੋਇਆ ਇਹਨੂੰ ਬਚਾ, ਕਿਉਂਕਿ ਸ਼ਕਤੀ ਤੇਰੇ ਕੋਲ ਹੈ। ਬਾਬਰ ਨੂੰ ਜਾਵਰ ਕਹਿਣਾ ਤੇਰੇ ਹਿੱਸੇ ਆਇਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਗੁਰੂ ਨੇ ਜਿਹਨਾਂ ਨੂੰ ਕਿਸੇ ਰਾਜੇ ਦੀ ਸਪੋਰਟ ਨਹੀਂ ਸੀ। ਨੋਟ ਕਰਿਓ ਇਸ ਗੱਲ ਨੂੰ, ਕਿਸੇ ਵੀ ਪੈਗੰਬਰ ਦਾ ਜੀਵਨ ਚੱਕ ਲਓ, ਭਗਵਾਨ ਰਾਮ ਚੰਦਰ ਰਾਜੇ ਨੇ, ਕ੍ਰਿਸ਼ਨ ਜੀ ਰਾਜੇ ਨੇ, ਮਹਾਤਮਾ ਬੁੱਧ ਰਾਜੇ ਨੇ, ਜਾਂ ਫਿਰ ਈਸਾਈਅਤ ਹੈ ਪਿੱਛੇ ਇੱਕ ਰਾਜ ਪ੍ਰਬੰਧ ਖੜਾ ਹੈ, ਈਸਾਈਅਤ ਦੇ ਇਸਲਾਮ ਹੈ ਪਿੱਛੇ ਇੱਕ ਰਾਜ ਪ੍ਰਬੰਧ ਖੜਾ ਹੈ। ਜਾਂ ਤਾਂ ਪੈਗੰਬਰਾਂ ਨੂੰ ਰਾਜਿਆਂ ਦੀ ਸਪੋਰਟ ਸੀ, ਜਾਂ ਪੈਗੰਬਰ ਖੁਦ ਰਾਜੇ ਸੀ। ਇੱਕੋ ਇੱਕ ਪੈਗੰਬਰ ਹੈ, ਇੱਕੋ ਇੱਕ ਗੁਰੂ ਹੈ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਿਹਨੇ ਕਿਸੇ ਰਾਜੇ ਦੀ ਸਪੋਰਟ ਨਹੀਂ ਲਈ, ਨਾ ਉਹ ਖੁਦ ਰਾਜਾ ਸੀ ਦੁਨਿਆਵੀ ਪੱਖ ਤੋਂ। ਵੈਸੇ ਤਾਂ ਅਸੀਂ ਕਹਿਣੇ ਵੀ ਸਾਡਾ ਗੁਰੂ ਤਿੰਨੇ ਸ੍ਰਿਸ਼ਟ ਲੋਕਾਂ ਦਾ ਮਾਲਕ ਹੈ, ਪਰ ਉਹ ਕਿਸੇ ਰਾਜੇ ਦਾ ਪੁੱਤ ਨਹੀਂ ਸੀ। ਹਾਂ, ਜਦੋਂ ਰਾਜੇ ਆ ਗਏ ਸਾਹਮਣੇ, ਖੁੰਖਾਰ ਰਾਜੇ, ਲੋਕਾਂ ਦਾ ਲਹੂ ਪੀਣ ਵਾਲੇ, ਜੋਕਾਂ ਆ ਗਈਆਂ, ਤੇ ਮਹਾਰਾਜੇ ਨੇ ਸਾਹਮਣੇ ਖੜ ਕੇ ਕਿਹਾ ਸੀ ਬਾਬਰਾ ਤੂੰ ਜਾਵਰ ਹੈ। ਹਮਾਊ ਆਇਆ, ਉਹਨੂੰ ਮਹਾਰਾਜ ਨੇ ਲਾਣਤਾਂ ਪਾਈਆਂ। ਅਕਬਰ ਆਇਆ, ਉਹ ਤੱਪੜ ਤੇ ਬਹਿ ਕੇ ਉਹਨੂੰ ਕਿਹਾ ਭਾਈ ਜੇ ਪ੍ਰਸ਼ਾਦਾ ਛਕਣਾ ਇੱਥੇ ਆ ਜਾ, ਜਿੱਥੇ ਅਸੀਂ ਬੈਠੇ ਉੱਥੇ ਆ। ਉਹਨਾਂ ਨੇ ਇਤਿਹਾਸ ਪੜਿਆ ਸੀ, ਪੰਡਿਤ ਆਏ, ਪਾਤਸ਼ਾਹ ਧਰਮ ਖਾਤਰੇ ਚ ਹੈ, ਜਨੇਊ ਵੀ ਖਾਤਰੇ ਚ ਹੈ, ਸਾਡੇ ਧਾਰਮਿਕ ਗ੍ਰੰਥ ਵੀ ਖਾਤਰੇ ਚ ਨੇ, ਸਾਡੇ ਮੰਦਰ ਵੀ ਖਾਤਰੇ ਚ ਨੇ, ਸਾਡੀਆਂ ਆਰਤੀਆਂ, ਸਾਡੇ ਜਗਰਾਤੇ, ਸਾਡੀਆਂ ਜੋਤਾਂ ਖਾਤਰੇ ਚ ਪੈ ਗਈਆਂ, ਕਿਰਪਾ ਕਰ। ਉੱਥੇ ਫਿਰ ਬਚਨ ਆਉਂਦਾ, ਸਤਿਗੁਰਾਂ ਕਿਹਾ ਤੁਸੀਂ ਜਾਓ ਪੰਡਿਤ, ਸਤਿਗੁਰਾਂ ਕਿਹਾ ਤੁਸੀਂ ਜਾਓ ਪੰਡਿਤ, ਸੀਸ ਦੇ ਕੇ ਧਰਮ ਬਚਾਵਾਂਗਾ ਮੈਂ। ਹਿੰਦੁਸਤਾਨ ਦੇ ਬੁੱਝਦੇ ਦੀਵੇ ਅੰਦਰ ਤੇਲ ਆਪਣੇ ਖੂਨ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਖੂਨ ਆਪਣਾ। ਹਿੰਦੁਸਤਾਨ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੁਸਤਾਨ ਦੇ ਸਮੁੱਚੇ ਮੰਦਰਾਂ ਅੰਦਰ ਖੂਨ ਤੇਗ ਬਹਾਦਰ ਦਾ ਬਣ ਰਿਹਾ ਹੈ। ਤੇਲ ਨਹੀਂ ਆ ਉਹ ਦੇਸੀ ਘਿਓ ਦੀਆਂ ਜੋਤਾਂ ਨਹੀਂ ਆ, ਉਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਹੈ। ਜਿਹੜੇ ਜਨੇਊ ਨੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਅੰਦਰਾਂ ਨੇ, ਪਰ ਜਿਹੜਾ ਹੋਈ ਕਿਰਤ ਘਣ ਗਿਆ ਉਹਨੂੰ ਕੀ ਕਹੀਏ ਹੁਣ, ਜੇ ਮੰਨੀਏ ਨਾ ਜਿਹੜੇ ਟਿੱਕੇ ਨੇ ਲੱਗੇ ਹੋਏ ਸਿਰਾਂ ਤੇ, ਇਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਹੈ। ਗਿਆਨੀ ਤਰਲੋਕ ਸਿੰਘ ਨੇ ਕਿਹਾ ਸੀ ਨਾ ਇੱਕ ਵਾਰੀ, ਉਹਦੀ ਕਵਿਤਾ ਬੜੀ ਪਿਆਰੀ, ਬੰਦੇ ਨੂੰ ਅੰਦਰ ਹੁਲਾਉਂਦੀ ਹੈ, ਖਾਸ ਕਰਕੇ ਕਿਰਤਕਣ ਲੋਕਾਂ ਨੂੰ। ਉਹ ਕਹਿੰਦਾ ਬੁੱਲੇ ਸ਼ਾਹ ਦੀ ਕਲਮ ਦੇ ਵਿੱਚੋਂ ਐਸਾ ਹੋਇਆ ਇਜ਼ਹਾਰ ਨਾ ਹੁੰਦਾ, ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ। 15 ਅਗਸਤ ਹੋਵੇ, 26 ਜਨਵਰੀ, ਦੋ ਦਿਨ ਪੱਕੇ ਨੇ। ਲਾਲ ਕਿਲੇ ਦੀ ਸਲੀਬ ਤੋਂ ਖੜ ਕੇ ਉੱਥੇ ਦਾ ਪ੍ਰਧਾਨ ਮੰਤਰੀ, ਉਹ ਜਿਹੜਾ ਮਰਜ਼ੀ ਆ ਜੇ, ਉਹ ਜਿਹੜਾ ਲੈਕਚਰ ਹੈ ਨਾ, ਉਹ ਲਿਖਿਆ ਹੀ ਹੁੰਦਾ ਉਹਨਾਂ ਨੇ, ਉਹੀ ਉਹ ਬੋਲ ਦਿੰਦੇ ਨੇ ਵੀ ਜੇ ਸਾਨੂੰ ਇਸ ਦੇਸ਼ 'ਤੇ ਮਾਣ ਹੈ,
ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਸੰਸਕ੍ਰਿਤੀਆਂ ਦੇ ਲੋਕ ਇੱਥੇ ਰਹਿੰਦੇ ਨੇ, ਇੱਥੇ ਵੰਨ ਸੁਵੰਨਤ ਹੈ। ਪਰ ਉਹਨਾਂ ਨੂੰ ਪੁੱਛਣ ਵਾਲਾ ਹੋਵੇ, ਰੱਖਣ ਵਾਲਾ ਕੌਣ ਸੀ? ਔਰੰਗਜ਼ੇਬ ਤਾਂ ਚਾਹੁੰਦਾ ਸੀ ਇੱਥੇ ਇਕੱਲੀ ਮਸੀਤ ਹੋਵੇ, ਹੈਦਰੀ ਝੰਡਾ ਹੋਵੇ, ਜੇ ਕੋਈ ਗ੍ਰੰਥ ਹੋਵੇ ਕੁਰਾਨ ਸ਼ਰੀਫ ਹੋਵੇ, ਜੇ ਕੋਈ ਚਿੰਨ੍ਹ ਹੋਵੇ ਤਾਂ ਸੁਨਤ ਹੋਵੇ, ਜੇ ਗੱਲ ਚੱਲੇ ਜਿਕਾਤ ਦੀ ਚੱਲੇ ਰੋਜ਼ੇ ਦੀ ਚੱਲੇ। ਪਰ ਇਸ ਬੰਨ ਸੁਵੰਨਤਾ ਰੱਖਣ ਵਾਲਾ ਕੌਣ ਹੈ? ਬੁੱਲੇ ਸ਼ਾਹ ਦੀ ਕਲਮ ਦੇ ਵਿੱਚੋਂ ਐਸਾ ਹੋਈ ਇਜ਼ਹਾਰ ਨਾ ਹੁੰਦਾ, ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ, ਨਾ ਹੁੰਦੇ ਇੱਥੇ ਜਗਰਾਤੇ, ਮਾਤਾ ਦਾ ਦਰਬਾਰ ਨਾ ਹੁੰਦਾ, ਨਾ ਕੋਈ ਹੁੰਦਾ ਰਾਮ ਉਪਾਸਕ, ਜਪ ਦਾ ਕੋਈ ਮਰਾਰ ਨਾ ਹੁੰਦਾ। ਜੇ ਗੁਰ ਗੋਬਿੰਦ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਜੇ ਉਹ ਦੇਸ ਹੈ ਨਾ, ਉਹ ਗੁਰੂ ਕਰਕੇ ਹੈ। ਤੇ ਪਾਤਸ਼ਾਹ ਨੇ ਕੀ ਕਿਹਾ? ਜਾਓ, ਮੈਂ ਆਪਣਾ ਸੀਸ ਦਵਾਂਗਾ ਤੇ ਤੁਹਾਡਾ ਧਰਮ ਬਚਾਵਾਂਗਾ। ਦਿੱਤਾ ਫਿਰ ਉਹਨਾਂ ਨੇ ਜੋ ਕੁਝ ਕਲਗੀਧਰ ਨੇ ਵੇਖਿਆ, ਲਿਖ ਦਿੱਤਾ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕਿਨੋ ਬੜੋ ਕਲੂ ਮੈਂ ਸਾਕਾ, ਧਰਮ ਹੇਠ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਚਾਂਦ ਭੱਟ ਨੇ ਲਿਖਿਆ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀ ਜੈ ਬਾਹੇ ਨਾ ਛੋਟੀ ਹੈ। ਗੁਰ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋਟੀ ਹੈ, ਇਹ ਮੇਰਾ ਧਰਮ ਬਣ ਗਿਆ। ਜੇ ਸ਼ਰਨ ਚ ਆਇਓ, ਸ਼ਰਨ ਆਇਆਂ ਦੀ ਮੈਂ ਲਾਜ ਰੱਖੂੰਗਾ, ਭਾਵੇਂ ਮੈਨੂੰ ਤੇ ਮੇਰੇ ਸਿੱਖਾਂ ਨੂੰ ਸ਼ਹੀਦੀ ਕਿਉਂ ਨਾ ਦੇਣੀ ਪੈ ਜਾਏ। ਇਹ ਨਹੀਂ ਕਿ ਹਰੇਕ ਤੁਹਾਡੀ ਸ਼ਰਨ ਆਇਆਂ ਦੀ ਲਾਜ ਰੱਖ ਸਕਦਾ ਹੈ, ਨਹੀਂ ਨਹੀਂ, ਕੇਵਲ ਗੁਰੂ ਹੈ ਜੋ ਤੁਹਾਡੀ ਸ਼ਰਨ ਆਇਆਂ ਦੀ ਲਾਜ ਰੱਖਦਾ ਹੈ। ਇਹਨੂੰ ਸ਼ਰਨ ਆਏ ਦੀ ਲਾਜ ਹੈ ਵੀ ਮੇਰੀ ਸ਼ਰਨ ਚ ਆ ਗਿਆ, ਹੁਣ ਵਾਧੇ ਘਾਟੇ ਦਾ ਜ਼ਿੰਮੇਵਾਰ ਮੈਂ ਹਾਂ, ਇਹਦੇ ਦੁੱਖਾਂ ਸੁੱਖਾਂ ਦੀ ਕਹਾਣੀ ਮੇਰੇ ਕੋਲ ਹੈ। ਹੁਣ ਜੋ ਸ਼ਰਨ ਆਵੇ ਇਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਇੱਥੇ ਮਹਾਰਾਜ ਜੀ ਦਾ ਵਚਨ ਹੈ, ਇਹ ਸ਼ਰਨ ਯੋਗ ਦਿਆਲਾ ਹੈ। ਇਹ ਸ਼ਰਨ ਆਇਆਂ ਦੀ ਲਾਜ ਰੱਖਣ ਵਾਲੇ ਦਿਆਲੂ ਕਿਰਪਾਲੂ ਵਾਹਿਗੁਰੂ ਜੀ, ਦੀਨਾ ਨਾਥ ਮਿਆ ਕਰੋ, ਸਾਡੇ ਗਰੀਬਾਂ 'ਤੇ ਤੁਸੀਂ ਮਿਹਰ ਕਰ ਦਿਓ, ਬਖਸ਼ਿਸ਼ ਕਰੋ। ਕਿਹੜੀ ਮੰਗੀ ਜੀ ਫਿਰ ਉਹ? ਕਿਹੜਾ ਪਿਆਰਾ ਵਚਨ ਹੈ, ਸਰੀਰ ਸਵਸਥ ਖੀਨ ਸਮਾਏ, ਭਾਵੇਂ ਮੇਰਾ ਆਹ ਜਿਹੜਾ ਸਰੀਰ ਹੈ ਇਹ ਤੰਦਰੁਸਤ ਹੈ, ਸਵਸਥ ਹੈ, ਤੇ ਭਾਵੇਂ ਬਿਮਾਰੀ ਲੱਗ ਕੇ ਮੇਰਾ ਸਰੀਰ ਕਮਜ਼ੋਰ ਹੋ ਗਿਆ, ਦੋਨਾਂ ਹਾਲਾਤਾਂ ਵਿੱਚ ਭਾਵੇਂ ਮੈਂ ਬਿਮਾਰ ਹਾਂ, ਰੋਗੀ ਹਾਂ, ਤੇ ਭਾਵੇਂ ਮੈਂ ਤੰਦਰੁਸਤ ਹਾਂ, ਮੈਂ ਤੈਨੂੰ ਇੱਕੋ ਚੀਜ਼ ਮੰਗਦਾ, ਉਹ ਕੀ ਹੈ? ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ, ਹੇ ਮਾਇਆ ਦੇ ਪਤੀ ਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਆਪਣਾ ਨਾਮ ਸਿਮਰਨ ਦੇ ਦੇ, ਮੈਨੂੰ ਆਪਣੀ ਯਾਦ ਦੇ ਦੇ, ਬਿਨ ਤੋਂ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦਿਓ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਅਗਲਾ ਵਚਨ ਹੈ, ਚਰਨ ਕਮਲ ਸਰਨੰ ਰਮਨੰ। ਉਹ ਅਕਾਲ ਪੁਰਖ ਪਰਮਾਤਮਾ ਜਿਹਦੇ ਜਿਹੜੇ ਚਰਨ ਨੇ ਨਾ, ਉਹ ਕਮਲਾਂ ਦੀ ਨਿਆਈ ਨਿਰਲੇਪ ਨੇ। ਚਰਨ ਕਮਲ ਸਰਨੰ ਰਮਨੰ ਗੋਪਾਲ ਕੀਰਤਨ ਹੈ,
ਕਿ ਜੇ ਉਹਦੀ ਸ਼ਰਨ ਵਿੱਚ ਜਾ ਕੇ ਉਹ ਅਕਾਲ ਪੁਰਖ ਪਰਮਾਤਮਾ ਜੋ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਉਹਦੀ ਵਡਿਆਈ ਨੂੰ ਉਹਦੇ ਗੁਣਾਂ ਨੂੰ ਵਾਰ ਵਾਰ ਚੇਤੇ ਕਰੋ। ਮਿਲੇਗਾ ਕੀ? ਸਾਧ ਸੰਗੇਨ ਤਰਨੰ ਨਾਨਕ ਮਹਾਸਾਗਰ ਭੈ ਦੋਤਰ ਹੈ। ਇਹ ਜਿਹੜਾ ਸੰਸਾਰ ਹੈ ਨਾ ਇਹਨੂੰ ਤਰਨਾ ਬੜਾ ਕਠਿਨ ਹੈ। ਕਿਹੜਾ ਸੰਸਾਰ ਜੀ? ਭਾਵਨਾਵਾਂ ਦਾ, ਵਾਸ਼ਨਾਵਾਂ ਦਾ, ਤ੍ਰਿਸ਼ਨਾਵਾਂ ਦਾ ਜਿਹੜਾ ਸੰਸਾਰ ਹੈ, ਸੰਸਾਰ ਸਮੁੰਦਰ ਇਹ ਸਾਡੇ ਅੰਦਰ ਹੀ ਹੈ। ਇਹਨੂੰ ਤਰਨਾ ਬੜਾ ਔਖਾ ਹੈ, ਪਰ ਜੇ ਕੋਈ ਉਹਦੀ ਸਾਧ ਸੰਗਤ ਦਾ ਆਸਰਾ ਲੈ ਕੇ ਉਹਦੇ ਗੁਣਾਂ ਨੂੰ ਗਾਊਗਾ, ਉਹਦੇ ਭੈ ਵਿੱਚ ਰਹੂਗਾ, ਤੇ ਫਿਰ ਬਚਣਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ, ਉਹਦੀ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਊਗਾ। ਗੁਰ ਕਿਰਪਾ ਕਰੇ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਹੋ